ਦੋ ਦਿਨ ਦੀ ਰਾਹਤ ਮਿਲੀ ਹੈ, ਉਹ ਤਾਂ ਬਹੁਤ ਵਧੀਆ। ਜੇਕਰ ਆਉਣ ਵਾਲਾ ਜੇ ਸਮਾਂ ਤੁਸੀਂ ਕਹਿ ਰਹੇ ਹੋ ਕਿ ਹੋਰ ਗਰਮੀ ਵਾਲਾ ਹੋਊਗਾ, ਪਹਿਲਾਂ ਹੀ ਲਾਈਟ ਹੈ ਨਹੀਂ, ਪਾਣੀ ਹੈ ਨਹੀਂ, ਲੋਕ ਜੂਝ ਰਹੇ ਨੇ, ਅਤੇ ਜਿਹੜੇ ਮਜ਼ਦੂਰ ਲੋਕ ਨੇ ਉਹਨਾਂ ਤੋਂ ਜਿਹੜਾ ਕੰਮ ਕਰਦੇ ਨੇ ਉਹਨਾਂ ਤੋਂ ਗਰਮੀ ਦੇ ਵਿੱਚ ਕੰਮ ਕਰਨਾ ਵੀ ਮੁਸ਼ਕਲ ਹੋਇਆ ਪਿਆ। ਬਿਲਕੁਲ ਸਰ, ਅੱਜ ਲੱਗਦਾ ਗਰਮੀ ਤੋਂ ਰਾਹਤ ਮਿਲੀ ਕਿਉਂਕਿ ਹੀਟ ਵੇਵ ਚੱਲ ਰਹੀ ਸੀ। ਪਹਿਲਾਂ ਤਾਂ 11 ਵਜੇ ਦਾ ਸਮਾਂ ਇਸ ਟਾਈਮ ਨਿਕਲਣਾ ਵੀ ਔਖਾ ਹੁੰਦਾ ਸੀਗਾ, ਅਸੀਂ ਕੰਮ ਕਰਦੇ ਵੀ ਨਿਕਲਦੇ ਸੀ, 1-2 ਘੰਟੇ ਪਹਿਲਾਂ ਨਿਕਲ ਜਾਂਦੇ ਸੀਗੇ, ਪਰ ਅੱਜ ਠੀਕ ਆ, ਮੌਸਮ ਬਹੁਤ ਵਧੀਆ ਮੌਸਮ। ਸਾਰਿਆਂ ਵਾਸਤੇ ਸਾਰਿਆਂ ਰਾਤ ਵਿੱਚ ਬਹੁਤ ਵਧੀਆ ਮੌਸਮ ਹੋ ਗਿਆ, ਪਰ ਗਰਮੀ ਬਹੁਤ ਸੀ, ਟੈਂਪਰੇਚਰ ਬਹੁਤ ਹਾਈ ਸੀਗਾ, ਜ਼ਿਆਦਾ ਸਾਨੂੰ ਬਾਹਰ ਕੱਢ ਕੇ ਲੋਕਾਂ ਨੂੰ ਘੁਮਾਉਣਾ ਪੈਂਦਾ ਸੀ। ਬੀਤੀ ਰਾਤ ਹੋਈ ਬਰਸਾਤ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਮੌਸਮ ਦਾ ਬਜਾਜ ਬਦਲਿਆ ਹੈ। ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਆਉਣ ਵਾਲੇ 2 ਦਿਨ ਵੀ ਕਿਹਾ ਜਾ ਰਿਹਾ ਕਿ ਇਸ ਤਰ੍ਹਾਂ ਦਾ ਹੀ ਮੌਸਮ ਰਹਿਣ ਦੀ ਉਮੀਦ ਹੈ। ਤਸਵੀਰਾਂ ਤੁਹਾਨੂੰ ਲੁਧਿਆਣਾ ਸ਼ਹਿਰ ਦੀਆਂ ਦਿਖਾ ਦਿੰਦੇ ਹਾਂ। ਤਕਰੀਬਨ 11 ਵਜੇ ਦਾ ਸਮਾਂ ਹੋ ਚੁੱਕਿਆ ਹੈ, ਜਦੋਂ ਕਿ ਲੁਧਿਆਣੇ ਵਿੱਚ 11 ਵਜੇ 39 ਤੋਂ 40 ਡਿਗਰੀ ਤੱਕ ਤਾਪਮਾਨ ਹੁੰਦਾ, ਜਾਂ ਅਸੀਂ ਕਹਿ ਸਕਦੇ ਹਾਂ ਕਿ ਕਈ ਜਵਾਰ ਇਸ ਤੋਂ ਵੀ ਜ਼ਿਆਦਾ ਜਿਹੜਾ ਤਾਪਮਾਨ ਹੁੰਦਾ ਹੈ। ਲੋਕ ਜਦੋਂ ਘਰੋਂ ਬਾਹਰ ਨਿਕਲਦੇ ਨੇ ਤਾਂ ਉਹਨਾਂ ਦੇ ਚਿਹਰਿਆਂ ਦੇ ਉੱਪਰ ਰੁਮਾਲ ਜਾਂ ਫਿਰ ਨਕਾਬ ਬੰਨੇ ਹੁੰਦੇ ਨੇ ਤਾਂ ਕਿ ਉਹ ਲੂੰ ਤੋਂ ਬਚ ਸਕਣ, ਪਰ ਅਸੀਂ ਕਹਿ ਸਕਦੇ ਹਾਂ ਕਿ ਅੱਜ ਮੌਸਮ ਸੁਹਾਵਣਾ ਹੈ, ਹਵਾ ਚੱਲ ਰਹੀ ਹੈ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤਿਰੰਗਾ ਲਹਿਰਾ ਰਿਹਾ ਹੈ, ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਹਵਾ ਚੱਲ ਰਹੀ ਹੈ। ਲੁਧਿਆਣਾ ਦੇ ਵਿੱਚ ਅੱਜ ਮੌਸਮ ਸੁਹਾਵਣਾ ਹੈ, ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਲੋਕਾਂ ਤੋਂ ਜਾਣਾਂਗੇ ਕਿ ਕਿੰਨੀ ਕੁ ਰਾਹਤ ਮਿਲੀ ਹੈ ਜਾਂ ਕਿਸ ਤਰ੍ਹਾਂ ਦਾ ਮੌਸਮ ਹੈ। ਗੱਲਬਾਤ ਕਰ ਲੈਂਦੇ ਹਾਂ ਸਰ, ਲੁਧਿਆਣਾ ਦੇ ਵਾਸੀ। ਬਿਲਕੁਲ ਸਰ, ਕਿਸ ਤਰ੍ਹਾਂ ਦਾ ਮੌਸਮ ਹੈ, ਲੱਗਦਾ ਕਿ ਗਰਮੀ ਤੋਂ ਜਿਹੜੀ ਆ ਵੱਡੀ ਰਾਹਤ ਜਿਹੜੀ ਮਿਲੀ ਹੈ? ਬਿਲਕੁਲ ਸਰ, ਅੱਜ ਲੱਗਦਾ ਗਰਮੀ ਤੋਂ ਰਾਹਤ ਮਿਲੀ ਕਿਉਂਕਿ ਹੀਟ ਵੇਵ ਚੱਲ ਰਹੀ ਸੀ। ਪਹਿਲਾਂ ਤਾਂ 11 ਵਜੇ ਦਾ ਸਮਾਂ ਇਸ ਟਾਈਮ ਨਿਕਲਣਾ ਵੀ ਔਖਾ ਹੁੰਦਾ ਸੀਗਾ, ਅਸੀਂ ਕੰਮ ਕਰਦੇ ਵੀ ਨਿਕਲਦੇ ਸੀ, 1-2 ਘੰਟੇ ਪਹਿਲਾਂ ਹੀ ਨਿਕਲ ਜਾਂਦੇ ਸੀਗੇ, ਪਰ ਅੱਜ ਠੀਕ ਆ, ਮੌਸਮ ਬਹੁਤ ਵਧੀਆ ਮੌਸਮ ਹੈ। ਲੱਗਦਾ ਕਿ ਜਿਹੜੇ ਲੋਕ ਬਾਹਰ ਕੰਮ ਕਰਦੇ ਨੇ ਉਹਨਾਂ ਲਈ ਇੱਕ ਬਹੁਤ ਵੱਡੀ ਰਾਹਤ ਹੈ। ਬਿਲਕੁਲ ਸਰ, ਇਹ 'ਚ ਕੋਈ ਦੋ ਰਾਏ ਨਹੀਂ ਹੈ, ਬਹੁਤ ਵੱਡੀ ਰਾਹਤ ਹੈ ਕਿਉਂਕਿ ਬਿਨਾਂ ਛੱਤ ਤੋਂ ਕੰਮ ਕਰਨਾ ਬੜਾ ਔਖਾ ਸੀਗਾ ਜੀ। ਬਿਲਕੁਲ, ਕਿਤੇ ਨਾ ਕਿਤੇ ਲੋਕ ਵੀ ਕਹਿੰਦੇ ਨੇ, ਕਿਸ ਤਰ੍ਹਾਂ ਦੇਖਦੇ ਹੋ ਮੌਸਮ ਨੂੰ? ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੱਸਿਆ ਗਿਆ ਕਿ 23 ਤੋਂ ਬਾਅਦ ਮੁੜ ਤੋਂ ਗਰਮੀ ਦਾ ਪ੍ਰਕੋਪ ਝੱਲਣਾ ਪੈ ਸਕਦਾ, ਪਰ ਹੁਣ 2 ਦਿਨ ਜਿਹੜੀ ਆ ਰਾਹਤ ਮਿਲੂਗੀ, ਲੋਕਾਂ ਨੂੰ ਖੁਸ਼ਖਬਰੀ ਹੈ। ਬਿਲਕੁਲ, ਜੇ 2 ਦਿਨ ਦੀ ਰਾਹਤ ਮਿਲੀ ਹੈ ਉਹ ਤਾਂ ਬਹੁਤ ਵਧੀਆ। ਜੇਕਰ ਆਉਣ ਵਾਲਾ ਜੇ ਸਮਾਂ ਤੁਸੀਂ ਕਹਿ ਰਹੇ ਹੋ ਕਿ ਹੋਰ ਗਰਮੀ ਵਾਲਾ ਹੋਊਗਾ, ਪਹਿਲਾਂ ਹੀ ਲਾਈਟ ਹੈ ਨਹੀਂ, ਪਾਣੀ ਹੈ ਨਹੀਂ, ਲੋਕ ਜੂਝ ਰਹੇ ਨੇ, ਅਤੇ ਜਿਹੜੇ ਮਜ਼ਦੂਰ ਲੋਕ ਨੇ ਉਹਨਾਂ ਤੋਂ ਜਿਹੜਾ ਕੰਮ ਕਰਦੇ ਨੇ ਉਹਨਾਂ ਤੋਂ ਗਰਮੀ ਦੇ ਵਿੱਚ ਕੰਮ ਕਰਨਾ ਵੀ ਮੁਸ਼ਕਲ ਹੋਇਆ ਪਿਆ। ਲੱਗਦਾ ਕਿ ਜਿਸ ਤਰ੍ਹਾਂ ਜਿਹੜੀਆਂ ਰਾਤੀ ਬਰਸਾਤ ਹੋਈ ਸੀ, ਭਾਵੇਂ ਥੋੜ੍ਹਾ ਜਿਹਾ ਮੀਂਹ ਪਿਆ ਸੀ, ਪਰ ਬੱਦਲਬਾਈ ਅੱਜ ਵੀ ਉੱਪਰ ਬਣੀ ਹੋਈ ਆ, ਇਸ ਦੇ ਨਾਲ ਹੀ ਕਾਫੀ ਜ਼ਿਆਦਾ ਤਾਪਮਾਨ ਦੇ ਵਿੱਚ ਮੌਸਮ ਬਣਿਆ ਹੋਇਆ, ਤਾਪਮਾਨ ਦੇ ਵਿੱਚ ਕਮੀ ਜ਼ਰੂਰ ਆਈ ਹੈ। ਤੁਸੀਂ ਸੜਕਾਂ 'ਤੇ ਵੀ ਦੇਖ ਰਹੇ ਹੋ ਕਿ 11 ਵਜੇ ਤੱਕ ਪਹਿਲੇ ਇੱਥੇ ਕੋਈ ਬਿਲਕੁਲ ਸੁੰਨਸਾਨ ਹੋ ਜਾਂਦਾ ਸੀਗਾ, ਕੋਈ ਬੰਦਾ ਦਿਖਦਾ ਨਹੀਂ ਸੀਗਾ, ਕਈ ਬੰਦੇ ਗਰਮੀ ਦੇ ਕਰਕੇ ਚੱਕਰ ਖਾ ਕੇ ਵੀ ਗਿਰ ਜਾਂਦੇ ਸੀਗੇ, ਕਈਆਂ ਬੰਦਿਆਂ ਨੂੰ ਉਠਾਇਆ। ਅੱਜ ਤੁਸੀਂ ਦੇਖ ਲਿਓ ਕਿ ਲੋਕ ਸੜਕਾਂ 'ਤੇ ਉਤਰੇ ਹੋਏ ਨੇ ਜੀ। ਬਿਲਕੁਲ, ਕਹਿੰਦੇ ਨੇ ਕਿ ਇੱਕ ਵੱਡੀ ਰਾਹਤ ਹੈ। ਕਿਸ ਤਰ੍ਹਾਂ ਦੇਖਦੇ ਹੋ ਮੌਸਮ ਨੂੰ, ਮੌਸਮ ਦਾ ਜਿਹੜਾ ਮਿਜਾਜ ਬਦਲਿਆ, ਕਿੰਨਾ ਕੁ ਫਰਕ ਲੱਗਦਾ? ਬਹੁਤ ਫਰਕ ਪੈ ਗਿਆ, ਰਾਤ ਦੇ ਥੋੜ੍ਹਾ ਜਿਹਾ ਮੀਂਹ ਕਰਕੇ ਕੁਛ ਸਾਨੂੰ ਪਤਾ ਲੱਗਾ, ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਦੇ ਵਿੱਚ ਗੜੇ ਵੀ ਪਏ ਸੀਗੇ, ਉਹਦੇ ਕਰਕੇ ਕਾਫੀ ਮੌਸਮ ਠੰਡਾ ਹੋ ਗਿਆ, ਤਾਂ ਬਹੁਤ ਹੀ ਵਧੀਆ ਲੱਗ ਰਿਹਾ। ਲੋਕ ਵੀ ਖੁਸ਼ ਨੇ, 2 ਦਿਨ ਵਾਸਤੇ ਕਹੇ ਆ ਜਾ ਰਿਹਾ ਵੀ ਬਰਸਾਤ ਪਏਗੀ, ਪਰ ਜੋ ਵੀ ਆ 2 ਦਿਨ ਬਹੁਤ ਸੁੱਖ ਸ਼ਾਂਤੀ ਨਾਲ ਨਿਕਲਣਗੇ ਗਰਮੀ ਤੋਂ ਬਚਣ ਜੀ। ਬਿਲਕੁਲ, ਕਿਤੇ ਨਾ ਕਿਤੇ ਲੋਕ ਜਿਹੜੇ ਨੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਗਰਮੀ ਤੋਂ ਜਿਹੜੀ ਆ ਵੱਡੀ ਰਾਹਤ ਮਿਲੇਗੀ। ਅਸੀਂ ਕਹਿ ਸਕਦੇ ਹਾਂ ਕਿ ਗਰਮੀ ਜਿਹੜੀ ਆ, ਜਿਸ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਵੀ ਜਿਹੜੇ ਅਸੀਂ ਅਕਸਰ ਦੇਖਦੇ ਹਾਂ ਕਿ ਚਾਹੇ 48 ਤੋਂ 49 ਡਿਗਰੀ ਤਾਪਮਾਨ ਹੁੰਦਾ ਸੀ, ਪਰ ਪੁਲਿਸ ਮੁਲਾਜ਼ਮ ਆਪਣੀ ਡਿਊਟੀ 'ਤੇ ਤੈਨਾਤ ਨਜ਼ਰ ਆਉਂਦੇ ਨੇ। ਸਰ, ਲੱਗਦਾ ਕਿ ਵੱਡੀ ਰਾਹਤ ਆ, ਤੁਹਾਨੂੰ ਵੀ ਜਿਹੜਾ ਥੋੜ੍ਹੀ ਜਿਹੀ ਸੌਖ ਮਿਲ ਜੂਗੀ, ਤੁਸੀਂ ਚਾਹੇ ਗਰਮੀ ਹੋਵੇ ਮੀਂਹ ਹੋਵੇ ਕੰਮ ਕਰਦੇ ਨਜ਼ਰ ਆਉਂਦੇ? ਬਿਲਕੁਲ ਬਿਲਕੁਲ ਜੀ, ਇਹ ਤਾਂ ਸਾਰਿਆਂ ਵਾਸਤੇ ਸਾਰਿਆਂ ਨੂੰ ਰਾਹਤ ਮਿਲੀ, ਬਹੁਤ ਵਧੀਆ ਮੌਸਮ ਹੋ ਗਿਆ ਜੀ, ਪਰ ਗਰਮੀ ਬਹੁਤ ਸੀ, ਟੈਂਪਰੇਚਰ ਬਹੁਤ ਹਾਈ ਸੀਗਾ, ਜ਼ਿਆਦਾ ਸਾਨੂੰ ਬਾਹਰ ਖੜ੍ਹ ਕੇ ਲੋਕਾਂ ਨੂੰ ਲੰਘਾਉਣਾ ਪੈਂਦਾ ਸੀ, ਇਸ ਕਰਕੇ ਮੌਸਮ ਥੋੜ੍ਹਾ ਠੀਕ ਹੋ ਗਿਆ, ਸਭ ਸਾਰੇ ਲੋਕਾਂ ਨੂੰ ਰਾਹਤ ਮਿਲ ਗਈ ਹੈ।
ਸਾਰੇ ਲੋਕਾਂ ਨੂੰ ਰਾਹਤ ਮਿਲੀ ਹੈ। ਜਿਸ ਤਰ੍ਹਾਂ ਤੁਸੀਂ ਤਾਂ ਇੱਥੇ ਹੁਣ ਸਾਰਾ ਦਿਨ ਰੋਡ 'ਤੇ ਖੜ੍ਹਦੇ ਸਰ, ਕਈ ਲੋਕ ਜਿਹੜੇ ਨੇ ਕੋਈ ਪੈਦਲ ਲੰਘਣ ਵਾਲੇ ਲੱਗਦਾ ਜਾਂ ਫਿਰ ਸਕੂਟਰ ਮੋਟਰਸਾਈਕਲ ਵਾਲੇ ਕਾਫੀ ਜ਼ਿਆਦਾ ਦਿੱਕਤ ਪਰੇਸ਼ਾਨੀ ਦੇ ਸਾਹਮਣੇ? ਬਿਲਕੁਲ ਦਿੱਕਤ ਦਾ ਪਰੇਸ਼ਾਨੀ ਕਰਦੇ ਲੋਕ, ਸਾਰਿਆਂ ਨੂੰ ਪਰੇਸ਼ਾਨੀ ਆਉਂਦੀ ਸੀ ਜੀ। ਬਿਲਕੁਲ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਪੁਲਿਸ ਮੁਲਾਜ਼ਮ ਜਿਹੜੇ ਕੀ ਚਾਹੇ 43 ਡਿਗਰੀ ਜਾਂ 45 ਡਿਗਰੀ ਜਾਂ ਫਿਰ 49 ਡਿਗਰੀ ਤਾਪਮਾਨ ਹੋਵੇ ਆਪਣੀ ਡਿਊਟੀ ਨਿਭਾਉਂਦੇ ਨਜ਼ਰ ਆਉਂਦੇ ਨੇ। ਉਹਨਾਂ ਨੇ ਵੀ ਕਿਹਾ ਕਿ ਕੁਝ ਰਾਹਤ ਜਿਹੜੀ ਜ਼ਰੂਰ ਮਿਲੇਗੀ। ਉੱਥੇ ਲੋਕ ਵੀ ਇਹੀ ਗੱਲ ਕਹਿੰਦੇ ਨਜ਼ਰ ਆਉਂਦੇ ਨੇ ਕਿ ਰਾਹਤ ਭਰੀ ਖਬਰ ਹੈ, ਕਿਉਂਕਿ 2 ਦਿਨ ਜੇਕਰ ਮੌਸਮ ਦਾ ਮਿਜਾਜ ਠੰਡਾ ਰਹਿੰਦਾ ਕਿਤੇ ਨਾ ਕਿਤੇ ਵੱਡੀ ਰਾਹਤ ਹੋਵੇਗੀ। ਕਿਤੇ ਨਾ ਕਿਤੇ ਲੁਧਿਆਣਾ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਠੰਡੀਆਂ ਹਵਾਵਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਮੌਸਮ ਦਾ ਮਿਜਾਜ ਬਦਲਣ ਦੇ ਚੱਲਦਿਆਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਪਰ ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ 21 ਅਤੇ 22 ਜੂਨ ਨੂੰ ਜਿਹੜਾ ਅਜਿਹਾ ਮੌਸਮ ਰਹਿਣ ਦੀ ਉਮੀਦ ਹੈ, ਪਰ 23 ਜੂਨ ਨੂੰ ਮੁੜ ਤੋਂ ਜਿਹੜਾ ਗਰਮੀ ਦਾ ਪ੍ਰਕੋਪ ਝੱਲਣਾ ਪੈ ਸਕਦਾ ਹੈ। ਪਰ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕਿ ਇਸ ਗੱਲ ਨੂੰ ਲੈ ਕੇ ਕਿ ਹੁੰਮਸ ਭਰੀ ਜਿਹੜੀ ਜਾਂ ਹਿਊਮਿਡਿਟੀ ਵਾਲੀ ਜਿਹੜੀ ਗਰਮੀ ਜ਼ਰੂਰ ਉਹਨਾਂ ਨੂੰ ਸਹਿਣੀ ਪਵੇਗੀ। ਇਸ ਦਾ ਜਿਹੜਾ ਨਾਲ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੋਕ ਜ਼ਰੂਰ ਵੱਧ ਤੋਂ ਵੱਧ ਤਰਲ ਪਦਾਰਥ ਪੀਣ। ਲਿਵਿੰਗ ਇੰਡੀਆ ਨਿਊਜ਼ ਲਈ ਲੁਧਿਆਣਾ ਤੋਂ ਰਾਜਵਿੰਦਰ ਸਿੰਘ।